ਪੰਜਾਬ ਦੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਨੈਤਿਕਾ ਵੱਲੋਂ ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਖਬਰ ਐਕਸਪ੍ਰੈਸ ਤੇ ਪੇਸ਼ ਹੋਣਾ ਚੁੱਤੀਆਂ ਖਾਸ ਖਬਰਾਂ। ਸਥਾਨਕ ਨਾਭਾ ਰੋਡ ਤੇ ਸਥਿਤ ਭਾਰਤ ਨਗਰ ਚੁਰਿਆਂ ਦੇ ਇੱਕ ਪੁਲਿਸ ਮੁਲਾਜ਼ਮ ਪਰਮਜੀਤ ਸਿੰਘ ਨੇ ਸਰਕਾਰੀ ਹਥਿਆਰ ਨਾਲ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਉਕਤ ਪੁਲਿਸ ਮੁਲਾਜ਼ਮ ਸ਼ਿਵ ਸੈਨਾ ਬਾਲ ਠਾਕਰੇ ਦੇ ਮੁਖੀ ਹਰੀਸ਼ ਸਿੰਗਲਾ ਦਾ ਗਨਮੈਨ ਸੀ। ਸੂਤਰਾਂ ਦੇ ਅਨੁਸਾਰ ਮੁਲਾਜ਼ਮ ਪਰਮਜੀਤ ਸਿੰਘ ਕਈ ਦਿਨਾਂ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦਾ ਸੀ ਤੇ ਉਸਨੇ ਗੋਲੀ ਮਾਰ ਕੇ ਆਪਣੇ ਆਪ ਦੀ ਜੀਵਨ ਲੀਲਾ ਖਤਮ ਕਰ ਲਈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਅਮਰੀਕਾ ਦੇ ਹਿਊਸਟਨ ਸ਼ਹਿਰ ਦੇ ਵਿੱਚ ਪਹਿਲੇ ਸਿੱਖ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਹੱਤਿਆ ਦੇ ਦੁੱਖ ਜਤਾਇਆ। ਇਸ ਬਾਰੇ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਹਾਲ ਹੀ 'ਚ ਸ਼ਹਿਰ ਦਾ ਦੌਰਾ ਕੀਤਾ ਸੀ, ਮੇਰੀ ਹਮਦਰਦੀ ਉਹਨਾਂ ਦੇ ਪਰਿਵਾਰ ਨਾਲ ਹੈ। ਬਠਿੰਡਾ ਪੁਲਿਸ ਦੀ ਖਾਕੀ ਇੱਕ ਵਾਰ ਫਿਰ ਦਾਗਦਾਰ ਹੋਈ ਹੈ। ਥਾਣਾ ਮੋੜ ਮੰਡੀ ਦੇ ਇੰਚਾਰਜ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਤੇ ਉਸਦੇ ਗਨਮੈਨ ਅਵਤਾਰ ਸਿੰਘ ਸਮੇਤ 3 ਲੋਕਾਂ ਖਿਲਾਫ 2 ਕਿਲੋ ਸੋਨਾ ਲੁੱਟਣ ਦਾ ਮਾਮਲਾ ਸਾਹਮਣੇ ਆਇਆ। ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਪੁਲਿਸ ਵੱਲੋਂ। ਜਵਾਬ ਦੇਣ ਦੇ ਹੱਕ ਤਹਿਤ ਸੰਯੁਕਤ ਰਾਸ਼ਟਰ ਦੇ ਜਨਰਲ ਇਜਲਾਸ ਵਿੱਚ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਭਾਰਤ ਦੀ ਪ੍ਰਥਮ ਸਕੱਤਰ ਵਿਦਿਸ਼ਾ ਮਿਤਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਭਾਸ਼ਣ ਭੜਕਾਊ ਸੀ ਤੇ ਉਹਨਾਂ ਦੀ ਹਰ ਗੱਲ ਝੂਠ ਸੀ। ਉਹਨਾਂ ਦਾ ਭਾਸ਼ਣ ਨਫ਼ਰਤ ਨਾਲ ਭਰਿਆ ਹੋਇਆ ਸੀ। ਇਮਰਾਨ ਖਾਨ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਕਰੀਬ 50 ਮਿੰਟ ਤੱਕ ਦਿੱਤੇ ਭਾਸ਼ਣ ਵਿੱਚ ਪਰਮਾਣੂ ਯੁੱਧ ਦਾ ਡਰਾਵਾ ਬਣਾਉਂਦੇ ਹੋਏ ਅੱਧਾ ਸਮਾਂ ਕਸ਼ਮੀਰ ਤੇ ਭਾਰਤ ਤੇ ਗੱਲ ਕੀਤੀ। ਫਿਲੌਰ ਰੇਲਵੇ ਸਟੇਸ਼ਨ ਤੇ ਉਸ ਸਮੇਂ ਹਫੜਾ ਦਫੜੀ ਮੈਂ ਮਚ ਗਈ ਜਦੋਂ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੀ 12-4-59 ਸੁਪਰਫਾਸਟ ਗੱਡੀ ਦੇ ਏਸੀ ਕੋਚ ਵਿੱਚੋਂ ਅੱਗ ਦੀਆਂ ਚੰਗਿਆੜੀਆਂ ਨਿਕਲਣ ਲੱਗੀਆਂ। ਏਸੀ ਕੋਚ ਵਿੱਚੋਂ ਚੰਗਿਆੜੀਆਂ ਨਿਕਲਣ ਤੇ ਕੋਚ ਵਿੱਚ ਸਵਾਰ ਮੁਸਾਫਰਾਂ ਨੂੰ ਕੁਝ ਜਲਣ ਦੀ ਬਦਬੂ ਆਉਣ ਲੱਗੀ, ਜਿਸ ਤੋਂ ਬਾਅਦ ਤੁਰੰਤ ਰੇਲਵੇ ਸਟੇਸ਼ਨ ਤੇ ਤਾਇਨਾਤ SS ਤੇ ਹੋਰ ਸਟਾਫ ਤੇ ਗੇਟ ਮੈਨ ਰੋਹਿਤ ਸ਼ਰਮਾ ਏਸੀ ਕੋਚ ਹੇਠਾਂ ਜਿੱਥੇ ਚੰਗਿਆੜੀਆਂ ਨਿਕਲ ਰਹੀਆਂ ਸਨ ਉੱਥੇ ਅੱਗ ਬੁਝਾਊ ਯੰਤਰਾਂ ਦੀ ਮਦਦ ਨਾਲ ਕਾਬੂ ਪਾਇਆ ਗਿਆ। ਤਰਨ ਤਾਰਨ ਪੱਟੀ ਰੋਡ ਤੇ ਸਥਿਤ ਪਿੰਡ ਲੋਕਾ ਵਿਖੇ ਮੁੱਖ ਸੜਕ ਤੇ ਬਣੇ ਲੁੱਕ ਪਲਾਂਟ ਦੇ ਆਲੇ ਦੁਆਲੇ ਝਾੜੀਆਂ ਕੱਟਦੇ ਇੱਕ ਔਰਤ ਨੂੰ ਉੱਥੋਂ ਦੋ ਬੰਬ ਬਰਾਮਦ ਹੋਏ, ਜਿਸ ਦੀ ਸੂਚਨਾ ਪੁਲਿਸ ਨੂੰ ਦੇਣ ਤੋਂ ਬਾਅਦ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਫੌਜ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਤਾਂ ਜੋ ਇਸ ਨੂੰ ਨਕਾਰਾ ਕੀਤਾ ਜਾ ਸਕੇ ਤੇ ਇਸ ਮੌਕੇ DSP ਪੱਟੀ ਨੇ ਦੱਸਿਆ ਕਿ ਇਸ ਦਾ ਸੰਬੰਧ ਕਿਸੇ ਅਤਵਾਦੀ ਕਾਰਵਾਈ ਨਾਲ ਨਹੀਂ ਹੋ ਸਕਦਾ, ਫਿਰ ਵੀ ਪੁਲਿਸ ਜਾਂਚ ਕਰ ਰਹੀ ਹੈ। ਫਾਜ਼ਿਲਕਾ ਦੇ ਪਿੰਡ ਜੰਡਵਾਲਾ ਮੀਰਾ ਸਾਂਗਲਾ ਗੰਗ ਕਨਾਲ ਨਹਿਰ ਵਿੱਚ ਡੇਗੀ ਕਾਰ ਤੇ ਲਾਪਤਾ ਵਿਅਕਤੀ ਦੀ ਲਾਸ਼ ਨੂੰ ਅੱਜ ਪੁਲਿਸ ਨੇ ਬਰਾਮਦ ਕਰ ਲਿਆ ਤੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਕਾਰਵਾਈ ਨੂੰ ਅਮਲ ਵਿੱਚ ਲਿਆ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਵੱਲੋਂ ਭਾਰਤ 'ਚ ਕੀਤੇ ਜਾਣ ਵਾਲੇ ਵੱਡੇ ਹਮਲੇ ਦੀ ਖੁਫੀਆ ਜਾਣਕਾਰੀ ਮਿਲਣ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਅੰਦਰ ਪੁਲਿਸ ਵੱਲੋਂ ਸ਼ਹਿਰ ਪਠਾਨਕੋਟ ਦੇ ਨਾਲ ਨਾਲ ਸਰਹੱਦੀ ਖੇਤਰ ਅਤੇ ਆਲੇ ਦੁਆਲੇ ਦੇ ਖੇਤਰਾਂ 'ਚ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਤਹਿਤ ਅੱਜ ਦੇਰ ਸ਼ਾਮ ਪਠਾਨਕੋਟ ਦੇ ਪੀਰ ਬਾਬਾ ਚੌਂਕ ਤੋਂ ਟਾਂਗੂ ਰੋਡ, ਸੁੰਦਰ ਨਗਰ ਅਤੇ ਸੁਤੰਤਰਤਾ ਸੰਗਰਾਮੀ ਜਥੇਦਾਰ ਕੇਸਰ ਸਿੰਘ ਮਾਰਗ ਤੱਕ ਥਾਣਾ ਦੂਜਾ ਨੰਬਰ 2 SHO ਇਕਬਾਲ ਸਿੰਘ ਦੀ ਅਗਵਾਈ ਵਿੱਚ ਫਲੈਗ ਮਾਰਚ ਕੱਢਿਆ ਗਿਆ। ਫਲੈਗ ਮਾਰਚ ਖਤਮ ਹੋਣ ਤੋਂ ਬਾਅਦ ਵਾਹਨਾਂ ਦੀ ਚੈਕਿੰਗ ਕੀਤੀ ਗਈ ਤੇ ਇਸ ਮੌਕੇ ਉਹਨਾਂ ਨਾਲ ਸਪੈਸ਼ਲ ਕਮਾਂਡੋ ਫੋਰਸ ਦੇ ਇੰਚਾਰਜ ਯੋਗੇਸ਼ ਸੈਣੀ ਤੇ ਕਮਾਂਡੋ ਫੋਰਸ ਵੀ ਸੀ। ਜ਼ਿਲ੍ਹਾ ਬਟਾਲਾ ਦੀ ਨੌਂਦੇ ਥਾਣਾ ਸੇਖਵਾਂ ਨਜ਼ਦੀਕ ਬੱਸ ਹੇਠਾਂ ਆਉਣ ਨਾਲ ਇੱਕ 4 ਸਾਲਾ ਬੱਚੀ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਜਾਣਕਾਰੀ ਅਨੁਸਾਰ ਸਹਿਜਪ੍ਰੀਤ ਕੌਰ ਪੁਤਲੀ ਮਲਕੀਤ ਵਾਸੀ ਠੱਕਰ ਸੰਧੂ ਉਮਰ 4 ਸਾਲ ਜੋ ਕਿ ਅੱਡਾ ਡੇਰੀਵਾਲ ਵਿਖੇ ਮੀਰੀ ਪੀਰੀ ਸਕੂਲ LKG 'ਚ ਪੜ੍ਹਦੀ ਸੀ। ਸਕੂਲ ਤੋਂ ਛੁੱਟੀ ਹੋਣ ਉਪਰੰਤ ਸਕੂਲ ਬੱਸ 'ਚ ਬੈਠ ਕੇ ਆਪਣੇ ਘਰ ਜਾ ਰਹੀ ਸੀ ਜਦੋਂ ਘਰ ਦੇ ਨੇੜੇ ਬੱਸ 'ਚੋਂ ਉਤਰ ਕੇ ਘਰ ਜਾਣ ਲੱਗੀ ਤਾਂ ਉਸੇ ਬੱਸ ਹੇਠਾਂ ਆ ਗਈ, ਜਿਸ ਦੌਰਾਨ ਉਸਦੀ ਮੌਕੇ 'ਤੇ ਮੌਤ ਹੋ ਗਈ ਤੇ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੇਖਵਾਂ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ ਹੈ। ਸ਼ਹਿਰ 'ਚ ਹੋਈ ਬਾਰਿਸ਼ ਤੋਂ ਬਾਅਦ ਸੜਕਾਂ 'ਤੇ ਪਾਣੀ ਭਰਨ ਕਾਰਨ ਟ੍ਰੈਫਿਕ ਜਾਮ ਹੋ ਗਿਆ। ਕਈ ਥਾਵਾਂ 'ਤੇ ਵਾਹਨਾਂ ਦੇ ਨੁਕਸਾਨੇ ਜਾਣ ਦੀਆਂ ਵੀ ਖਬਰਾਂ ਮਿਲੀਆਂ ਨੇ। ਤਰਾਸ ਨੇੜੇ ਤੌਂਗਾ ਪੁਲ ਵੀ ਬਰਸਾਤੀ ਪਾਣੀ ਕਾਰਨ ਭਰ ਗਿਆ ਸੀ ਜਿੱਥੇ ਪੰਜਾਬ ਰੋਡਵੇਜ਼ ਦੀ ਬੱਸ ਫਸ ਗਈ। ਬੱਸ ਪਾਣੀ ਦੇ ਵਿੱਚ ਬੰਦ ਹੋ ਗਈ ਅਤੇ ਹਿਚਕੋਲੇ ਖਾਣ ਲੱਗੀ। ਰੋਡਵੇਜ਼ ਦੀ ਇਸ ਬੱਸ 'ਚ 30 ਯਾਤਰੀ ਸਵਾਰ ਸਨ ਜਿਨ੍ਹਾਂ ਨੂੰ ਆਸ ਪਾਸ ਦੇ ਲੋਕਾਂ ਨੇ ਸੁਰੱਖਿਅਤ ਬਾਹਰ ਕੱਢਿਆ ਅਤੇ ਕਾਫ਼ੀ ਦੇਰ ਤੱਕ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਪਰ ਸਫਲਤਾ ਨਹੀਂ ਮਿਲੀ ਅਤੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ ਅਤੇ JCB ਦੀ ਮਦਦ ਨਾਲ ਸਖ਼ਤ ਮੁਸ਼ੱਕਤ ਤੋਂ ਬਾਅਦ ਬੱਸ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ।
उथे ही पंचकूला जीरकपुर समेत चंडीगढ़ के कई इलाकों भी सड़कों से कई घंटे पानी जमा रहा जिस कारण वाहन चालकों को काफ़ी मुश्किलों का सामना करना पड़ा। सो दोस्तों ये सन हुण तक दीआं खास खबर साढ़े लिए बहुत माण की गल है कि तुम हर रोज़ कल पंजाब की टीवी वेखते हो। एक गुजारिश चैनल नूं यूट्यूब ते सबसक्राइब जरूर करो और रोजाना नोटिफिकेशन लिए बैल आइकन जरूर दबाओ। तो हुण मैनूं देवो इजाजत ते वेखते रहो गल पंजाब की टीवी, गल साडी ते साडे सारिआं दी।